ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਵੀਰਾਂ ਪੈਨਾ ਬਜ਼ੁਰਗਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਪਡੇਟ ਦੇ ਉੱਤੇ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਪਹਿਲੀ ਖ਼ਬਰ ਹੈ ਜੀ ਇਸ ਨੂੰ ਆਪਾਂ ਯੂਰਪ ਦੇ ਨਾਲ ਰਿਲੇਟਡ ਰੱਖਿਆ ਹੈ ਇੱਕ ਜਾਣਕਾਰੀ ਆਈ ਹੈ ਇਹ ਵੀ ਦੱਸਿਆ ਗਿਆ ਹੈ ਕਿ ਯੂਰਪ ਦੇ 10 ਜਿਹੜੇ ਸਭ ਤੋਂ ਸ਼ਾਂਤ ਦੇਸ਼ ਹਨ ਜਿੱਥੇ ਕਿ ਬਹੁਤ ਜ਼ਿਆਦਾ ਸ਼ਾਂਤੀ ਹੈ ਸੇਫਟੀ ਜ਼ਿਆਦਾ ਹੈ ਉਹਨਾਂ ਦੇਸ਼ਾਂ ਦੀ ਤੁਹਾਨੂੰ ਰੈਂਕ ਵੀ ਦੱਸਾਂਗੇ ਤੇ ਉਹਨਾਂ ਦੇ ਨਾਮ ਵੀ ਦੱਸਾਂਗੇ ਹੁਣ ਤੁਸੀਂ ਖੁਦ ਦੇਖਣਾ ਕਿ ਉਹਦੇ ਵਿੱਚ ਜਰਮਨ ਫਰਾਂਸ ਇਟਲੀ ਆਉਂਦੇ ਹਨ ਜਾਂ ਨਹੀਂ ਜਾਂ ਯੂਕੇ ਵਗੈਰਾ ਸਭ ਤੋਂ ਪਹਿਲੇ ਨੰਬਰ ਤੇ ਯੂਰਪ ਦੇ ਵਿੱਚ ਜਿਹੜਾ ਸਭ ਤੋਂ ਸ਼ਾਂਤ ਦੇਸ਼ ਹੈ ਉਸ ਦਾ ਨਾਮ ਆਈਸਲੈਂਡ ਇਸ ਨੂੰ ਪਹਿਲੇ ਨੰਬਰ ਤੇ ਰੱਖਿਆ ਗਿਆ 1124 ਨੰਬਰਾਂ ਦੇ ਨਾਲ ਦੂਸਰੇ ਨੰਬਰ ਤੇ ਆਉਂਦਾ ਹੈ ਡੈਨਮਾਰਕ 1310 ਨੰਬਰ ਤੀਸਰੇ ਨੰਬਰ ਤੇ ਆਇਰਲੈਂਡ 1312 ਨੰਬਰਾਂ ਦੇ ਨਾਲ ਚੌਥੇ ਨੰਬਰ ਤੇ ਯੂਰਪ ਦਾ ਦੇਸ਼ ਹੈ ਜੀ ਆਸਟਰੀਆ 1316 ਨੰਬਰ 5ਵੇਂ ਨੰਬਰ ਤੇ ਪੁਰਤਗਾਲ ਨੂੰ ਰੱਖਿਆ ਗਿਆ ਸ਼ਾਂਤੀ ਦੇ ਮਾਮਲੇ ਦੇ ਵਿੱਚ 1333 ਨੰਬਰ ਸਲੋਵੇਨੀਆ 6ਵੇਂ ਨੰਬਰ ਤੇ 1334 ਨੰਬਰ 7ਵੇਂ ਨੰਬਰ ਤੇ ਹੈ ਜੀ ਸਵਿਟਜ਼ਰਲੈਂਡ 1349 ਨੰਬਰ ਹੁਣ ਦੇਸ਼ ਬਚੇ ਹਨ ਤਿੰਨ ਤੇ ਤੁਹਾਡੇ ਮਨ ਦੇ ਵਿੱਚ ਹੋਏਗਾ ਕਿ ਯੂਕੇ ਜਰਮਨ ਫਰਾਂਸ ਇਟਲੀ ਇਹਨਾਂ ਦਾ ਨੰਬਰ ਕਿਹੜਾ ਹੋ ਸਕਦਾ ਹੈ ਤਾਂ ਅੱਗੇ ਸੁਣੋ 8ਵੇਂ ਨੰਬਰ ਦੇ ਉੱਤੇ ਆਉਂਦਾ ਹੈ ਚੈੱਕ ਰਿਪਬਲਿਕ 1379 ਨੰਬਰ ਦੇ ਨਾਲ 9ਵੇਂ ਨੰਬਰ ਤੇ ਫਿਨਲੈਂਡ 1399 ਨੰਬਰ ਤੇ 10ਵੇਂ ਤੇ ਹੈ ਜੀ ਕੁਰੇਸ਼ੀਆ 1450 ਨੰਬਰਾਂ ਦੇ ਨਾਲ ਅਗਲੀ ਖਬਰ ਜਿਹੜੀ ਆਪਣੀ ਸਪੇਨ ਦੇ ਨਾਲ ਸਬੰਧਤ ਹੈ ਇਸ ਨੂੰ ਸਪਾਨੀਆ ਯੂਰਪ ਦੇ ਵਿੱਚ ਕਿਹਾ ਜਾਂਦਾ ਹੈ ਇੱਕ ਉੱਥੇ ਇਲਾਕਾ ਪੈਂਦਾ ਹੈ ਮੋਰਚੀਆ ਇੱਥੋਂ ਦੇ ਜਿਹੜੇ ਸਿੰਦਗੋ ਹਨ ਇਹਨਾਂ ਦਾ ਕਹਿਣਾ ਹੈ ਹੋਇਆ ਇਸ ਤਰ੍ਹਾਂ ਇੱਕ ਘਟਨਾ ਹੋਈ ਹੈ ਸਪੇਨ ਦੇ ਇਸ ਇਲਾਕੇ ਦੇ ਵਿੱਚ ਡਿਸਕੋਟੇਕਾ ਡਿਸਕੋਟੇਕਾ ਜਿੱਥੇ ਕੀ ਲੋਕ ਨੱਚਣ ਗਾਉਣ ਦੇ ਵਾਸਤੇ ਜਾਂਦੇ ਜਿਸ ਨੂੰ ਆਪਾਂ ਨਾਈਟ ਕਲੱਬ ਵੀ ਕਹਿੰਦੇ ਹਾਂ ਇਸ ਵਿੱਚ ਬਹੁਤ ਸਾਰੇ ਜਿਹੜੇ ਲੋਕ ਗਏ ਹੋਏ ਸਨ ਇਸ ਡਿਸਕੋਟੇਕਾ ਦੇ ਵਿੱਚ ਅਚਾਨਕ ਹੀ ਜਿਹੜੀ ਅੱਗ ਲੱਗ ਜਾਂਦੀ ਹੈ ਹੁਣ ਇਸ ਘਟਨਾ ਦੇ ਵਿੱਚ ਤਕਰੀਬਨ ਘੱਟੋ ਘੱਟ ਦੱਸਿਆ ਗਿਆ ਕਿ 13 ਲੋਕਾਂ ਦੀ ਡੈਥ ਹੋਈ ਹੈ ਤੇ ਤਿੰਨ ਲੋਕ ਜਿਹੜੇ ਲਾਪਤਾ ਹੋਏ ਹਨ ਇੱਥੇ ਜਾਣਕਾਰੀ ਵਾਸਤੇ ਦੱਸ ਦਈਏ ਕਿ 2009 ਦੇ ਵਿੱਚ ਵੀ ਇਸ ਜਗ੍ਹਾ ਦੇ ਉੱਤੇ ਜਿਹੜੀ ਅੱਗ ਲੱਗੀ ਸੀ ਅੱਗ ਲੱਗੀ ਕਿਵੇਂ ਇਸ ਦੇ ਜਿਹੜੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਰਿਆ ਬਾਕੀ ਜਾਣਕਾਰੀ ਜਿਹੜੀ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਕੋਈ ਵੀ ਇਟਾਲੀਅਨ ਬੰਦਾ ਜਿਹੜਾ ਇਸ ਦੇ ਵਿੱਚ ਜਿਸ ਦੀ ਡੈਥ ਵਗੈਰਾ ਨਹੀਂ ਹੋਈ ਕੋਈ ਵੀ ਇਟਾਲੀਅਨ ਨਹੀਂ ਸੀ ਅਗਲੀ ਖਬਰ ਜਿਹੜੀ ਜਰਮਨ ਦੇ ਨਾਲ ਸੰਬੰਧਿਤ ਹੈ ਜਿਸ ਤਰ੍ਹਾਂ ਕਿਟਲੀ ਦੇ ਲਾਂਪੇ ਦੂਜਾ ਦੇ ਵਿੱਚ ਹੋਇਆ ਸੀ ਐਮਰਜੈਂਸੀ ਘੋਸ਼ਿਤ ਕਰਨੀ ਪਈ ਸੀ ਕਿਉਂਕਿ ਇਸ ਤਨਿਹਰੀ ਲੋਕ ਜਿਹੜੇ ਸਨ ਇਲੀਗਲ ਬੰਦੇ ਬਹੁਤ ਵੱਡੀ ਸੰਖਿਆ ਦੇ ਵਿੱਚ ਉੱਥੇ ਪਹੁੰਚੇ ਸਨ ਇਸੇ ਤਰ੍ਹਾਂ ਇੱਕ ਹੋਰ ਰਫਿਊਜੀ ਐਮਰਜੈਂਸੀ ਜਿਹੜੀ ਹੈ ਜਰਮਨ ਦੇ ਵਿੱਚ ਹੋਈ ਹੈ 2 ਲੱਖ ਤੋਂ ਨੀ ਕਿਹਾ ਜੀ ਕ੍ਰੋਸੇ ਤੋਂ ਤੇ ਦੂਜਾ ਹਿੱਸੇ ਤੇ ਜਾਣੀ ਜਿੱਥੇ ਕੀ ਨਵੇਂ ਅਟੈਕ ਹੋਏ ਹਨ ਇਲੀਗਲ ਬੰਦਿਆਂ ਦੇ ਗੱਲ ਕਰ ਲਈਏ ਇਸੇ ਤਰ੍ਹਾਂ ਤ ਤਤ ਮਦਦ ਲੋ ਸਥਿਤੀ ਤਰਨਤਾ ਮਾਡਲ ਉਹ ਜਿਹੜੇ ਟਾਈਮ ਹੁੰਦੇ ਹਨ ਜਿਹੜੀ ਇਹਨਾਂ ਦੇ ਜਿੱਦਾਂ ਕਿ ਖੁੱਲਣ ਦੇ ਤੇ ਬੰਦ ਹੋਣ ਦੇ ਟਾਈਮ ਹਨ ਇਹ ਤਕਰੀਬਨ ਬਰਾਬਰ ਹੀ ਰਹਿੰਦੀ ਹੈ ਇਹਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ ਹੁਣ ਜਿੱਦਾਂ ਕਿ ਪਰਸੋਂ 30 ਸਤੰਬਰ ਹੋਈ ਸੀ 30 ਸਤੰਬਰ ਨੂੰ ਜਿਹੜੇ ਇਹਨਾਂ ਦੇ ਦਮਾnde ਲੈਣੇ ਉਹਨਾਂ ਨੇ ਬੰਦ ਕਰ ਦਿੱਤੇ ਸਾਨੂੰ ਇਹ ਲਾਸਟ ਡੇਟ ਸੀ ਤੇ ਇੱਥੇ ਵੀ ਦੱਸ ਦਈਏ ਕਿ ਜਿਹੜੀ ਇਸ ਦੀ ਸ਼ੁਰੂਆਤ ਹੁੰਦੀ ਹੈ ਤਕਰੀਬਨ ਮਈ ਦੇ ਅੱਧ ਵਿੱਚ ਜਿਹੜਾ ਇਸ ਨੂੰ ਸ਼ੁਰੂ ਕਰ ਦਿੱਤਾ ਜਾਂਦਾ ਹੈ ਹੁਣ ਇਹਦੇ ਵਿੱਚ ਜਿਹੜੇ ਲੋਕ ਸਥਿਤੀ ਤਰਨਤਾ ਵਗੈਰਾ ਜਦੋਂ ਕਰਦੇ ਹਨ ਜਿਹੜੇ ਖੁਦ ਹੁੰਦਾ ਹੈ ਇਸ ਦਾ ਵੱਡ ਖਿਆਲ ਰੱਖਣਾ ਕਈ ਲੋਕ ਕੀ ਕਰਦੇ ਨੇ ਕਿ ਕਈਆਂ ਥਾਵਾਂ ਦੇਤੇ ਉਹਨਾਂ ਨੇ ਕੰਮ ਕੀਤਾ ਹੁੰਦਾ ਉਹਨਾਂ ਦੇ ਜਿਹੜੇ ਕੋ ਦੇਖ ਤੋਂ ਜ਼ਿਆਦਾ ਨਿਕਲ ਆਉਂਦੇ ਹਨ ਜਾਂ ਘਰ ਦੇ ਵਿੱਚ ਕਈ ਵਾਰ ਬੱਚੇ ਨੇ ਕੰਮ ਕੀਤਾ ਹੁੰਦਾ ਕਿਤੇ ਨਾ ਕਿਤੇ ਥੋੜੇ ਥੰਮੇ ਦੇ ਵਾਸਤੇ ਬੇਸ਼ੱਕ ਜਾਂ ਕਈਆਂ ਨੇ ਵਾਈਫ ਨੂੰ ਕੰਮ ਦੇ ਉੱਤੇ ਲਾਇਆ ਹੁੰਦਾ ਉਸ ਦਾ ਖੁਦ ਤੇ ਲੋਕ ਕਈ ਵਾਰ ਕੀ ਕਰਦੇ ਨੇ ਕਿ ਇੱਕ ਖੁਦ ਅਗਰ ਛੁੱਟ ਜਾਵੇ ਤੁਹਾਡੇ ਕੋਲੋਂ ਤੁਸੀਂ ਉਸ ਨੂੰ ਜਿਹੜਾ ਹੈ ਜੀ ਉੱਥੇ ਨਹੀਂ ਲੈ ਕੇ ਜਾਂਦੇ ਤਾਂ ਸਰਕਾਰ ਇਹੀ ਸੋਚ ਕੇ ਚੱਲਦੀ ਹੈ ਕਿ ਤੁਸੀਂ ਜਾਣ ਬੁਝ ਕੇ ਅਜਿਹਾ ਕੀਤਾ ਹੈ ਤੁਸੀਂ ਜਿਹੜੀ ਆਪਣੀ ਪੂਰੀ ਆਮਦਨ ਹੈ ਉਹਨਾਂ ਨੂੰ ਨਹੀਂ ਦਿਖਾਈ ਬਾਦ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲੋਂ ਪੇਖਾ ਲੱਗ ਚੁੱਕਾ ਹੈ ਗਲਤੀ ਹੋ ਚੁੱਕੀ ਹੈ ਇਹਦੇ ਬਜਿੱ ਤਕਰੀਬਨ ਜਿਹੜਾ ਮੂਲ ਤਾਹ ਹੈ ਜੀ ਜੁਰਮਾਨਾ 1000 ਯੂਰੋ ਤੱਕ ਆਉਂਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੇ ਜੁਰਮਾਨੇ ਆਏ ਵੀ ਹਨ ਜਿਨ੍ਹਾਂ ਨੇ ਗਲਤੀ ਕੀਤੀ ਹੈ ਬਾਅਦ ਵਿੱਚ ਫਿਰ ਕਚਤਾਂ ਵਗੈਰਾ ਕਰਵਾ ਕੇ ਲੋਕ ਜਿਹੜੇ ਇਹ ਪੈਸੇ ਪੇ ਕਰਦੇ ਹਨ ਗੱਲ ਕਰ ਲਈ ਇਟਲੀ ਦੇ ਵਿੱਚ ਮੌਸਮ ਦੀ ਜਿਹੜਾ ਮੌਸਮ ਹੈ ਜੀ 2 ਅਕਤੂਬਰ ਚੱਲ ਰਹੀ ਹੈ ਤੇ ਮੌਸਮ ਜਿਹੜਾ ਠੰਡ ਦੀ ਹੋਣ ਦੀ ਬਜਾਏ ਫਿਲਹਾਲ ਜਿਹੜਾ ਦੁਬਾਰਾ ਗਰਮੀ ਸ਼ੁਰੂ ਹੋ ਚੁੱਕੀ ਹੈ ਦੱਸਿਆ ਜਾਂਦਾ ਹੈ ਕਿ ਜਿਹੜੀ ਗਰਮੀ ਦੁਆਰਾ ਪੈ ਰਹੀ ਹੈ ਇਹ ਜਿੱਦਾਂ ਕਿ ਦੁਨੀਆ ਦੇ ਵਾਸਤੇ ਪੂਰੇ ਇਲਾਕੇ ਦੇ ਵਾਸਤੇ ਠੀਕ ਨਹੀਂ ਹੈ ਜਿਹੜਾ ਸਿਸਟਮ ਹੈ ਜੀ ਉਹ ਗੜਬੜਾ ਚੁੱਕਾ ਹੈ ਪਿਟਰੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਇਲਾਕੇ ਹਨ ਜਿੱਥੇ ਅਜੇ ਵੀ ਟੈਂਪਰੇਚਰ ਜ਼ਿਆਦਾ ਹੈ ਗਲੋਬਲ ਵਾਰਮਿੰਗ ਦਾ ਤੁਸੀਂ ਜਿਹੜਾ ਨਾਮ ਸੁਣਿਆ ਹੋਵੇਗਾ ਇਹ ਜਿਹੜਾ ਸਾਰਾ ਅਸਰ ਉਸ ਦਾ ਹੀ ਹੈ ਬਾਕੀ ਸਾਡੇ ਵੀਰਾਂ ਵੱਲੋਂ ਜਿਹੜਾ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਪੱਕੇ ਪੀਪਰ ਕਿਹੜੇ ਹੁੰਦੇ ਹਨ ਪੱਕੇ ਪੀਪਰ ਉਹੀ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਤੁਸੀਂ ਇਡਲੀ ਦੇ ਵਿੱਚ ਐਂਟਰੀ ਕਰ ਦਿਓ ਤੇ ਤੁਸੀਂ ਜੇ ਤੁਹਾਨੂੰ ਪਰਮੈਸੋ ਦੀ ਸਜੂਰਨੂ ਦੇ ਵਾਸਤੇ ਵੀ ਅਪਲਾਈ ਕਰ ਦਿੱਤੇ ਫਿਰ ਇਸ ਤਰ੍ਹਾਂ ਨਹੀਂ ਹੁੰਦਾ ਕਿ 9 ਮਹੀਨੇ ਦੇ ਬਾਅਦ ਤੁਹਾਨੂੰ ਜਿਹੜਾ ਆਪਣੇ ਦੇਸ਼ ਦੇ ਵਿੱਚ ਵਾਪਸ ਜਾਣਾ ਪੈਂਦਾ ਹੈ ਜੇ ਤੁਹਾਡੇ ਕੋਲ ਕੰਮ ਹੈ ਤਾਂ ਜਿਹੜੀ ਪਰਮੈਸੋ ਦੀ ਸਜੂਰਨੂ ਅੱਗੇ ਰੀਨਿਊ ਹੁੰਦੀ ਰਹਿੰਦੀ ਹੈ ਬਾਕੀ ਇੱਕ ਵੀਰ ਦਾ ਸਵਾਲ ਆਇਆ ਸੀ ਉਹਨਾਂ ਨੇ ਪੁੱਛਿਆ ਸੀ ਕਿ ਜਿਹੜਾ ਫਿਲਹਾਲ ਸਾਮਾ ਚੱਲ ਰਿਹਾ ਇਟਲੀ ਦੇ ਵਿੱਚ ਕੀ ਕਰ ਲੈਣਾ ਇਸ ਚੋਂ ਸਹੀ ਹੈ ਜੇ ਨਹੀਂ ਸਹੀ ਸਲਾਹ ਜਿਹੜੀ ਇਸ ਦੇ ਬਾਰੇ ਦਿੱਤੀ ਜਾਵੇ ਸਹੀ ਸਲਾਹ ਤਾਂ ਇਸ ਤਰ੍ਹਾਂ ਹੈ ਕਿ ਜਿੱਦਾਂ ਕਿ ਫਿਲਹਾਲ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਵਿੱਚ ਰੂਸ ਤੇ ਯੂਕਰੇਨ ਦਾ ਯੁੱਧ ਚੱਲ ਰਿਹਾ ਹੈ। ਇਥੋਂ ਜਿਹੜੀ ਸਟਾਰਟਿੰਗ ਹੋਈ ਸੀ ਇਹਦੇ ਨਾਲੇ ਜਿਹੜਾ ਪੈਟਰੋਲ ਦਾ ਰੇਟ ਵਧਿਆ, ਗੈਸ ਦਾ ਰੇਟ ਵਧਿਆ। ਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਚੀਜ਼ਾਂ ਦੇ ਰੇਟ ਵਧੇ, 인ਫਲੇਸ਼ਨ ਵਧੀ। ਇਸ ਤੋਂ ਬਾਅਦ ਕੀ ਹੋਇਆ ਕਿ ਮਹਿੰਗਾਈ ਵਧਣ ਦੇ ਨਾਲ ਬੈਂਕਾਂ ਨੇ ਜਿਹੜਾ ਵਿਆਜ ਸੀ ਉਹ ਵੀ ਵਧਾਇਆ ਦਿੱਤਾ। ਪਹਿਲਾਂ ਜਿਹੜਾ ਵਿਆਜ 1.5% ਦੇ ਉੱਪਰ ਚੱਲਦਾ ਸੀ, ਤਕਰੀਬਨ 4.5 ਦੇ ਉੱਪਰ ਆ ਚੁੱਕਾ ਹੈ। ਜੇ ਤੁਸੀਂ ਜਿਹੜਾ ਬਿਲਕੁਲ ਇਸ ਟਾਈਮ ਦੇ ਵਿੱਚ ਘਰ ਖਰੀਦਦੇ ਹੋ ਤੇ ਹੁਣ ਜਿਹੜਾ ਘਰ ਕਿਦਣਾ ਇਸ ਟਾਈਮ ਬਹੁਤ ਮਹਿੰਗੇ ਆਲਾ ਕਹਿ ਸਕਦੇ ਹਾਂ ਕਿ ਮਹਿੰਗਾ ਸੌਦਾ ਹੈ। ਕਿਉਂਕਿ ਵਿਆਜਤਿਆਂ ਨੂੰ ਬਹੁਤ ਜ਼ਿਆਦਾ ਪੈਂਦਾ ਹੈ ਜਿੰਨਾ ਤੁਸੀਂ ਲੋਨ ਲੈਂਦੇ ਹੋ तकरीबन ਉਨਾ ਹੀ ਪੈਸਾ ਜਿਹੜਾ ਵਿਆਜ ਦਾ ਉੱਪਰ ਪੈ ਜਾਂਦਾ ਹੈ ਫਿਲਹਾਲ ਜਿਹੜਾ ਹੈ ਜੀ ਥੋੜਾ ਸਮਾਂ ਬੀਟ ਕਰਨੀ ਚਾਹੀਦੀ ਹੈ ਜਦੋਂ ਵਿਆਜ ਵਗੈਰਾ ਦੀ ਦਰ ਜਿਹੜੀ ਹੈ ਥੱਲੇ ਆ ਜਾਵੇ ਤੇ ਉਸ ਟਾਈਮ ਮਕਾਨ ਖਰੀਦਣ ਦੇ ਵਿੱਚ ਕੋਈ ਵੀ ਡਰ ਨਹੀਂ ਹੈ ਕਿਉਂਕਿ ਫਿਲਹਾਲ ਜਿਹੜਾ ਇਸ ਟਾਈਮ ਅਗਰ ਤੁਸੀਂ ਜਿਹੜਾ ਰੇਟਾ ਫੀਸੋ ਕਰਾਉਂਦੇ ਹੋ ਤਾਂ ਰੇਟਾ ਫੀਸੋ ਵੀ ਕਾਫੀ ਬਣਦਾ ਹੈ ਰੇਟਾ ਵਾਰੀਆ ਬਿੱਲੇ ਦੇ ਵਿੱਚ ਵੀ ਕੋਈ ਭਰੋਸਾ ਨਹੀਂ ਹੈ ਕਿ ਜਿਹੜਾ ਤੁਹਾਨੂੰ ਕੈਸ਼ ਚ ਸਹੀ ਦੇਣੀ ਪਵੇ ਹੋ ਸਕਦਾ ਹੈ ਕਿ ਜਿਹੜੀ ਕੈਸ਼ ਹੈਗੀ ਜਾ ਕੇ ਵੱਧ ਵੀ ਸਕਦੀ ਹੈ ਗੱਲ ਕਰ ਲਈ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਬੈਂਕਾਂ ਦੇ ਵਿੱਚ ਅਕਾਊਂਟ ਵੀ ਹਨ ਤੇ ਉਹ ਆਨਲਾਈਨ ਜਿਹੜਾ ਸਾਰਾ ਅਕਾਊਂਟ ਨੂੰ ਫੋਲੋ ਵੀ ਕਰਦੇ ਹਨ ਚਲਾਉਂਦੇ ਵੀ ਹਨ ਆਪਰੇਟ ਵੀ ਕਰਦੇ ਹਨ ਤੇ ਨਾਲ ਦੀ ਨਾਲ ਉਹ ਲੋਕ ਜਿਹੜੇ ਵਟਸਐਪ ਵਗੈਰਾ ਵੀ ਚਲਾਉਂਦੇ ਹਨ ਇਹਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਇੱਕ ਮੈਸੇਜ ਜਿਹੜਾ ਕਿਸ ਤਰ੍ਹਾਂ ਦਾ ਮੈਸੇਜ ਕਿਸੇ ਨੂੰ ਵੀ ਆ ਸਕਦਾ ਉਹਦੇ ਵਿੱਚ ਕੀ ਲਿਖਿਆ ਹੋਏਗਾ ਚਾਹ ਪਾਪਾ ਮੈਂ ਇੱਕ ਦੂਤੋਂ ਇਲ ਟੈਲੀਫੋਨੋਂ ਕੋਇਸ ਤੋਂ ਇਲਮ ਯੂ ਨੋ ਵਨ ਨੰਬਰ ਪਰ ਫਵਰ ਪਰ ਮੈਨੂੰ ਮਾਰਮੀ ਉਨ ਵਟਸਐਪ ਇਸ ਤਰ੍ਹਾਂ ਦਾ ਇੱਕ ਮੈਸੇਜ ਆ ਸਕਦਾ ਹੈ ਉਹਦੇ ਵਿੱਚ ਇਹ ਲਿਖਿਆ ਹੋਏਗਾ ਕਿ ਜਿੱਦਾਂ ਕਿ ਇੱਕ ਬੱਚਾ ਆਪਣੇ ਬਾਪ ਨੂੰ ਕਹਿੰਦਾ ਹੈ ਕਿ ਡੈਡੀ ਉਸ ਦਾ ਜਿਹੜਾ ਫੋਨ ਹੈ ਜੀ ਉਹ ਡਿੱਗ ਚੁੱਕਾ ਹੈ ਕਿਰਪਾ ਕਰਕੇ ਆ ਜਿਹੜਾ ਨਵਾਂ ਨੰਬਰ ਤੁਹਾਨੂੰ ਭੇਜਦੇ ਹਾਂ ਇਹਦੇ ਉੱਤੇ ਜਿਹੜਾ ਵਟਸਐਪ ਦੇ ਵਿੱਚ ਮੈਨੂੰ ਸ਼ਾਮਲ ਕਰ ਲਵੋ ਥੱਲੇ ਲਿਖਿਆ ਹੋਏਗਾ ਇੱਕ ਨੰਬਰ ਥੱਲੇ ਇੱਕ ਜਿਹੜਾ ਨੰਬਰ ਹੋਏਗਾ ਉਹ ਇਸ ਤਰ੍ਹਾਂ ਦਾ ਹੋਏਗਾ ਕਿ ਨੀਲੇ ਰੰਗ ਦੇ ਅੱਖਰਾਂ ਦੇ ਵਿੱਚ ਹੋਏਗਾ ਉਸ ਨੂੰ ਜਿੱਦਾਂ ਕਿ ਆਪਾਂ ਕਈ ਵਾਰ ਜਿੱਦਾਂ ਕਿ ਕੋਈ ਐਡਰੈਸ ਵਗੈਰਾ ਫੋਲੋ ਕਰਦੇ ਹਾਂ ਬਿਲਕੁਲ ਸੇਮ ਲਿੰਕ ਹੋਏਗਾ ਅਗਰ ਤੁਸੀਂ ਉਸ ਦੇ ਉੱਤੇ ਕਲਿੱਕ ਕਰ ਦਿੱਤਾ ਇਹ ਸਮਝ ਕੇ ਕਿ ਸੱਚਮੁੱਚ ਜਿਹੜਾ ਤੁਹਾਡੇ ਬੱਚੇ ਦਾ ਫੋਨ ਡਿੱਗ ਚੁੱਕਾ ਹੈ ਤੇ ਤੁਸੀਂ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਪੈ ਸਕਦੇ ਹੋ ਜਿਵੇਂ ਤੁਸੀਂ ਉਸ ਫੋਨ ਨੰਬਰ ਦੇ ਉੱਤੇ ਲਿੰਕ ਦੇ ਉੱਤੇ ਜਿਹੜਾ ਸੀ ਕਲਿੱਕ ਕਰਨਾ ਹੈ ਤਾਂ ਉਹਦੇ ਵਿੱਚ ਜਿਹੜਾ ਆਟੋਮੈਟਿਕਲੀ ਉਸ ਲਿੰਕ ਨੇ ਤੁਹਾਨੂੰ ਕਿਤੇ ਹੋਰ ਲੈ ਜਾਣਾ ਹੈ ਇਹ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਤੇ ਬਾਅਦ ਵਿੱਚ ਇਹ ਰਿਜ਼ਲਟ ਕੀ ਹੁੰਦਾ ਹੈ ਕਿ ਬੈਂਕਾਂ ਦੇ ਜਿਹੜੇ ਖਾਤੇ ਹਨ ਉਹ ਵੀ ਖਾਲੀ ਹੋ ਜਾਂਦੇ ਹਨ ਤੋ ਇਸ ਤਰ੍ਹਾਂ ਦਾ ਮੈਸੇਜ ਕਿਸੇ ਨੂੰ ਵੀ ਆਉਂਦਾ ਹੈ ਤਾਂ ਸਾਵਧਾਨ ਰਹਿਣ ਦੀ ਲੋੜ ਹੈ। ਗੱਲ ਕਰ ਲਈਏ ਇੱਕ ਨਵੀਂ ਸਕੀਮ ਜਿਹੜੀ ਕੀ 14 ਮਿੰਟ ਦਾ ਚਮਤਕਾਰ। ਇੱਕ ਜਿਹੜੀ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ। ਇਹ ਸਕੀਮ ਕੀ ਹੈ? ਕਿੱਥੇ ਚਾਲੂ ਕੀਤੀ ਗਈ ਹੈ? ਤੁਸੀਂ ਇੱਕ ਨਾਮ ਸੁਣਿਆ ਹੋਵੇਗਾ ਬੰਦੇ ਭਾਰਤ ਟ੍ਰੇਨ। ਇਹਦੇ ਵਿੱਚ ਜਿਹੜੀ ਸਕੀਮ ਚਾਲੂ ਕੀਤੀ ਗਈ ਹੈ 14 ਮਿੰਟ ਦਾ ਚਮਤਕਾਰ। ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਟ੍ਰੇਨਾਂ ਦੇ ਵਿੱਚ ਲੋਕ ਯਾਤਰੀ ਜਿਹੜੇ ਹਨ ਸਫਰ ਕਰਦੇ ਹਨ ਤੋ ਟ੍ਰੇਨਾਂ ਦੇ ਵਿੱਚ ਕਾਫੀ ਜ਼ਿਆਦਾ ਗੰਦਗੀ ਵੀ ਪੈਦਾ ਕਰਦੇ ਹਨ ਖਾਣ ਵਾਲੀਆਂ ਚੀਜ਼ਾਂ ਵਗੈਰਾ ਉੱਥੇ ਸੁੱਟ ਦਿੰਦੇ ਹਨ ਪੈਰਾਂ ਦੇ ਨਾਲ ਮਿੱਟੀ ਵਗੈਰਾ ਵੀ ਅੰਦਰ ਜਾਂਦੀ ਹੈ ਸਰਕਾਰ ਦੇ ਜਿਹੜੇ ਮੁਲਾਜ਼ਮ ਹੁੰਦੇ ਨੇ ਜਿਹੜੇ ਇਹਨਾਂ ਨੇ ਇਸ ਕੰਮ ਦੇ ਵਾਸਤੇ ਰੱਖੇ ਹੁੰਦੇ ਨੇ ਉਹ ਫਿਰ ਟ੍ਰੇਨ ਦੀ ਸਫਾਈ ਵੀ ਕਰਦੇ ਹਨ ਤਕਰੀਬਨ ਰੇਲਵੇ ਵਿੱਚ ਕੀ ਹੁੰਦਾ ਹੈ ਕਿ ਇੱਕ ਟ੍ਰੇਨ ਨੂੰ ਸਾਫ਼ ਕਰਨ ਦੇ ਵਾਸਤੇ ਘੱਟੋ ਘੱਟ 3 ਘੰਟੇ ਲੱਗਦੇ ਹਨ ਪਰਵੰਦੇ ਭਾਰਤ ਜਿਹੜੀ ਟ੍ਰੇਨ ਹੈ ਸੁਪਰ ਫਾਸਟ ਟ੍ਰੇਨ ਹਾਈ ਸਪੀਡ ਟ੍ਰੇਨ ਸਾਰਾ ਕੰਮ ਇਸੇ ਵਜ੍ਹਾ ਤੇਜ਼ੀ ਨਾਲ ਹੀ ਹੁੰਦਾ ਹੈ 14 ਮਿੰਟ ਦਾ ਚਮਤਕਾਰ ਸਕੀਮ ਦੇ ਨਾਲ ਹੁਣ ਇਹਨਾਂ ਨੇ ਦੱਸਿਆ ਹੈ ਕਿ ਇਹ ਸਟੇਸ਼ਨ ਦੇ ਉੱਤੇ ਜਿਹੜੀ ਇਸ ਦੀ ਸਫਾਈ ਕੀਤੀ ਜਾਵੇਗੀ 14 ਮਿੰਟਾਂ ਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਟ੍ਰੇਨ ਦੇ ਹਰ ਡੱਬੇ ਦੇ ਵਿੱਚ ਚਾਰ ਸਫਾਈ ਮੁਲਾਜ਼ਮਾਂ ਨੂੰ ਰੱਖਿਆ ਜਾਵੇਗਾ ਤੇ ਇਹਨਾਂ ਨੂੰ ਇੱਕ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ ਇਹ ਜਿਹੜੀ ਸਕੀਮ ਹੈ ਜੀ 14 ਮਿੰਟਾਂ ਦਾ ਚਮਤਕਾਰ ਇਹ ਜਿਹੜੀ ਸਕੀਮ ਦਾ ਆਈਡੀਆ ਜਾਪਾਨ ਤੋਂ ਲਿਆ ਗਿਆ ਜਾਪਾਨ ਦੇ ਵਿੱਚ ਉੱਥੋਂ ਦੀ ਜਿਹੜੀਆਂ ਬੁਲੇਟ ਟ੍ਰੇਨਾਂ ਹਨ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਤਕਨੀਕ ਵਰਤੀ ਜਾਂਦੀ ਹੈ ਇਸ ਤੋਂ ਇੰਡੀਆ ਦੇ ਵਿੱਚ 68 ਬੰਦੇ ਭਾਰਤ ਟ੍ਰੇਨਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਹਨ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ